मैं पार्टी का धन्यवाद करदा साडे प्रधानमंत्री श्री नरेंद्र मोदी जी का, श्री अमित शाह जी का, जेपी नड्डा जी का, बी एल संतोष जी का, पंजाब की लीडरशिप जिहड़े अश्विनी शर्मा जी ते होर सारे जिन्होंने मेरे ते विश्वास किया और मैनू हदायत की है कि मैं लोक कचहरी पेश होकर लोगों नू एक चंगे मार्ग ते लै के जाण दे लई उद्यम करां। इस रोपड़ नू रूपनगर बनाने का अपना उपराला जिहड़ा इहनू किया जाए। ਜਿਹੜੇ ਹਾਲਾਤ ਬਣੇ ਹੋਏ ਨੇ ਅੱਜ ਪੰਜਾਬ ਦੇ ਕੀ ਲੱਗਦਾ ਵੀ ਜਿਹੜੀਆਂ ਸਰਕਾਰਾਂ ਨੇ ਹੁਣ ਤੱਕ ਪੰਜਾਬ ਵਾਸਤੇ ਕੀਤਾ ਉਹ ਕੀ ਉਹ ਕਾਫੀ ਸੀ? ਪੰਜਾਬ ਵਾਸਤੇ ਕੀਤਾ ਹੀ ਕਿਸੇ ਨੇ ਕੁਛ ਨਹੀਂ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਆਪਸੀ ਭਾਈਚਾਰੇ ਨੂੰ ਕਈ ਵਾਰੀ ਤੋੜਨ ਦੀ ਕੋਸ਼ਿਸ਼ ਹੁੰਦੀ ਹੈ, ਕਈ ਵਾਰੀ ਇਹੋ ਜਿਹੇ ਬਿਆਨ ਆ ਜਾਂਦੇ ਨੇ ਕਿ ਆਪਸੀ ਭਾਈਚਾਰੇ ਕਿਸਾਨ ਜਿਹੜੀ ਉਹ ਖਰਾਬ ਹੋਵੇ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸਾਡਾ ਇਹ ਸਮਾਜ ਜਿਹੜਾ ਹੈ, ਇੱਥੇ ਕੋਈ ਵੀ ਵਿਅਕਤੀ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਮੇਰਾ ਕੋਈ ਰਿਸ਼ਤੇਦਾਰ ਜਿਹੜਾ ਹੈ ਉਹਨੇ केस नहीं कटाए हुए। कोई हाथ खड़ा करके नहीं कह सकता कि मेरे किसी रिश्तेदार ने केस नहीं रखे हुए। सो साडा जिहड़ा ये धरती है ये इको गल जानती है, जाहर पीर जगत गुरु बाबा, सारयां दे सांझे गुरु की यह धरती है ते सारयां दा सांझा साडा सभ्याचार है, साडी रोटी बेटी ते सभ्याचार की सांझ हैगी है, इहनू ਕਿਸੇ ਵੀ ਤਰ੍ਹਾਂ ਭੰਗ ਨਹੀਂ ਹੋਣ ਦਿੱਤਾ ਜਾਏਗਾ। ਕੀ ਜਿਹੜੇ ਕੀ ਏਜੰਡੇ ਲੈ ਕੇ ਚੱਲੋਗੇ, ਕੀ ਤੁਹਾਡਾ ਮੇਨ ਮੋਟਿਵ ਰਹੇਗਾ ਰੋਪੜ ਵਾਸਤੇ? ਮੇਰਾ ਮੋਟਿਵ ਕੇਵਲ ਰੋਪੜ ਨੂੰ ਰੂਪਨਗਰ ਬਣਾਉਣਾ ਹੋਏਗਾ। ਐਜੂਕੇਸ਼ਨ, ਹੈਲਥ, ਇੰਪਲੋਇਮੈਂਟ ਲਈ ਕੰਮ ਕਰਾਂਗਾ, ਬੇਇਨਸਾਫੀ ਦੇ ਵਿਰੁੱਧ ਖੜਾ ਹੋਵਾਂਗਾ ਔਰ ਹਰ ਬੰਦੇ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗਾ। ਜਿਹੜੇ ਇਹ ਸਰਕਾਰੀ ਦਫ਼ਤਰ ਵਿਕ ਰਹੇ ਹੈ ਇਹ ਬੋਲੀਆਂ ਬੰਦ ਹੋਣਗੀਆਂ। ਜਿਹੜਾ ਮਾਫੀਆ ਰਾਜ ਇੱਕ ਤਰ੍ਹਾਂ ਦਾ ਕਿਹਾ ਜਾ ਰਿਹਾ ਕਿ ਮਾਫੀਆ ਰਾਜ ਚੱਲ ਰਿਹਾ, ਉਸ ਨੂੰ ਕਿਸ ਤਰ੍ਹਾਂ ਕੰਟਰੋਲ? ਮਾਫੀਆ ਰਾਜ ਜਿੱਥੇ ਹਨੇਰਾ ਹੁੰਦਾ ਉੱਥੇ ਚਾਨਣ ਨਹੀਂ ਹੁੰਦਾ, ਜਿੱਥੇ ਚਾਨਣ ਹੁੰਦਾ ਉੱਥੇ ਹਨੇਰੇ ਲਈ ਥਾਂ ਨਹੀਂ ਹੁੰਦੀ। ਇਹ ਗੁੰਡਾ ਰਾਜ ਖਤਮ ਹੋਏਗਾ, ਇਹ ਗੁੰਡੇ ਵੀ ਇੱਥੋਂ ਭੱਜਣਗੇ ਅਤੇ ਗੁੰਡਿਆਂ ਦੇ ਜਿਹੜੇ ਵਾਰਸ ਹੈਗੇ ਆ ਜਿਨ੍ਹਾਂ ਦੇ ਘਰੋਂ 10-10 ਕਰੋੜ ਰੁਪਈਆ ਮਿਲਦਾ ਉਹ ਵੀ ਫੜੇ ਜਾਣਗੇ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਹਾਈਕਮਾਂਡ ਦੇ ਕਿ ਉਹਨਾਂ ਨੇ ਇਲਾਕੇ ਦੇ ਇੱਕ ਇਲਾਕੇ ਦਾ ਬੇਟਾ ਔਰ ਸਭ ਤੋਂ ਇੰਪੋਰਟੈਂਟ ਇੱਕ ਇਮਾਨਦਾਰ ਸ਼ਖਸੀਅਤ ਦਾ ਚਿਹਰਾ ਜਿਹੜਾ ਹੈ ਉਹ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੇ ਰੂਪ ਦੇ ਵਿੱਚ ਦਿੱਤਾ ਹੈ ਜੀ। ਸੋ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ ਕਿਉਂਕਿ ਇਸ ਇਲਾਕੇ ਦੀ ਪਿਛਲੇ 10 ਸਾਲ ਤੋਂ ਡਿਮਾਂਡ ਚੱਲ ਰਹੀ ਸੀ ਕਿ ਸਾਨੂੰ ਲੋਕਲ ਕੈਂਡੀਡੇਟ ਚਾਹੀਦਾ ਹੈ ਔਰ ਕਿਉਂਕਿ ਜਿੰਨੇ ਵੀ ਕੈਂਡੀਡੇਟ ਪਿੱਛੇ ਇਲੈਕਸ਼ਨ ਲੜਦੇ ਆਏ ਨੇ ਕਿਸੇ ਨਾ ਕਿਸੇ ਆਰੋਪ ਦੇ ਵਿੱਚ ਲੱਤਪੱਤ ਸੀਗੇ, ਸੋ ਇੱਕ ਸਾਫ ਛਵੀ ਵਾਲੇ ਜਿਹੜੇ ਕੈਂਡੀਡੇਟ ਦੀ ਡਿਮਾਂਡ ਸੀ। ਸੋ ਭਾਰਤੀ ਜਨਤਾ ਪਾਰਟੀ ਨੇ ਅੱਜ ਇੱਕ ਗੁਰੂ ਨੂੰ ਮੰਨਣ ਵਾਲਾ, ਧਰਤੀ ਦਾ ਬੇਟਾ ਔਰ ਇੱਕ ਇਮਾਨਦਾਰ ਸ਼ਵੀ ਦਾ ਕੈਂਡੀਡੇਟ ਅਨਾਊਂਸ ਕੀਤਾ। ਅਜੇ ਵੀਰ ਜੀ, ਸਾਰੇ ਪਾਰਟੀਆਂ ਇੱਕ ਦੂਜੇ 'ਤੇ ਆਰੋਪ ਲਾ ਰਹੀਆਂ, ਏਜੰਡਾ ਕੋਈ ਜਿਹੜਾ ਪ੍ਰੋਪਰ ਵੋਟਰਾਂ ਦੇ ਵਿੱਚ ਕਲੀਅਰ ਨਹੀਂ ਕਰ ਰਹੇ ਕਿ ਅਸੀਂ ਜੇ ਆਉਂਦੇ ਹਾਂ ਤਾਂ ਕੀ ਕੰਮ ਕਰਾਂਗੇ। ਤੁਸੀਂ ਕਿਵੇਂ ਦੇਖਦੇ ਹੋ ਰੋਪੜ ਹਲਕੇ ਦੇ ਕਿਹੜੇ ਕਿਹੜੇ ਮੁੱਦੇ ਆ, ਕੀ ਏਜੰਡਾ ਲੈ ਕੇ ਚੱਲ ਰਹੇ ਹੋ, ਜਿਹੜੀਆਂ ਸਮੱਸਿਆਵਾਂ ਹੈਗੀਆਂ ਕਿਹੜੀਆਂ ਦਾ ਹੱਲ ਹੋਊਗਾ? ਰੋਪੜ ਜਿਹੜਾ ਹੈ ਜੀ, ਸਮੱਸਿਆਵਾਂ ਨਾਲ ਘਿਰਿਆ ਹੋਇਆ ਇਲਾਕਾ ਆ, ਹਾਲਾਂਕਿ ਇਹ ਸ਼ਾਇਦ ਇੱਕ ਐਸਾ ਵਾਹਦ ਏਰੀਆ ਹੈ ਜਿਹਦੇ ਪਾਣੀ ਵਿੱਚੋਂ ਬਿਜਲੀ ਅਤੇ ਮਿੱਟੀ ਵੀ ਜਿਹੜੀ ਹੈਗੀ ਉਹ ਵੀ ਸੋਨੇ ਦੇ ਰੂਪ ਦੇ ਵਿੱਚ ਹੈ। ਪੂਰੇ ਪੰਜਾਬ ਨੂੰ ਮੇਰੇ ਖਿਆਲ ਨਾਲ ਮਿੱਟੀ ਅੱਜ ਇੱਥੋਂ ਜਾ ਰਹੀ ਹੈ, ਬਟ ਇਹ ਤਾਂ ਵਿਚਾਰੇ ਦਾ ਕੁਛ ਵੀ ਜਿਹੜਾ ਕੰਮ ਕਾਜ ਨਹੀਂ ਹੋਇਆ। ਇਨਫਰਾਸਟ੍ਰਕਚਰ ਬਿਲਕੁਲ ਜ਼ੀਰੋ ਹੈ, ਹੌਸਪੀਟਲ ਹੈ ਨਹੀਂ ਜਿਹੜਾ ਹੈ, ਮੈਡੀਕਲ ਫੈਸਿਲਿਟੀ ਬਿਲਕੁਲ ਜ਼ੀਰੋ ਹੈਗੀ ਹੈ, ਸੋ ਐਜੂਕੇਸ਼ਨ ਲੈਵਲ ਜਿਹੜਾ ਬਹੁਤ ਡਾਊਨ ਹੈਗਾ ਜੀ। ਸੋ ਐਸੇ ਬੜੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਜਿਹੜਾ ਹੈ ਅਸੀਂ ਉਮੀਦ ਕਰਦੇ ਹਾਂ ਵੀ ਸਰਦਾਰ ਇਕਬਾਲ ਸਿੰਘ ਇਹ ਜਿਹੜੇ ਸਦੀਆਂ ਤੋਂ ਆਉਂਦੇ ਹੋਏ ਮੁੱਦੇ ਨੇ ਇਹਨਾਂ ਨੂੰ ਹੱਲ ਕਰਵਾਉਣ। ਮੰਨਦੇ ਹੋ ਕਿਹੜੀ ਪਾਰਟੀ ਦੇ ਨਾਲ ਤੁਹਾਡਾ ਜਿਹੜਾ ਮੁਕਾਬਲਾ, ਮੁੱਖ ਮੁਕਾਬਲਾ, ਕਿਉਂਕਿ 2016 ਦੇ ਵਿੱਚ ਬੀਜੇਪੀ ਅਕਾਲੀ ਦਲ ਇਕੱਠੇ ਸੀ, ਇਸ ਵਾਰੀ ਅਲੱਗ ਅਲੱਗ ਲੜ ਰਹੇ ਨੇ, ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਦੇ ਵਿੱਚ ਹੈ ਅਤੇ ਕਾਂਗਰਸ ਵੀ ਮੈਦਾਨ ਦੇ ਵਿੱਚ ਹੈ, ਅਤੇ ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਜਿਹੜੇ ਹੈਗੇ ਆ ਉਤਾਰਿਆ ਗਿਆ ਆਪਣੇ ਉਮੀਦਵਾਰ ਨੂੰ, ਕੀ ਮੰਨਦੇ ਹੋ ਕਿਹੜਾ ਮੁੱਖ ਮੁਕਾਬਲਾ ਤੁਹਾਡਾ ਹੈ ਕਿਹਦੇ ਨਾਲ? ਸਾਡਾ ਮੇਰੇ ਹਿਸਾਬ ਨਾਲ ਜੀ ਬੀਜੇਪੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਬੀਜੇਪੀ ਜਿਹੜੀ ਪਾਰਟੀ ਹੈਗੀ ਹੈ ਪੋਜ਼ਿਟਿਵ ਪੋਲੀਟਿਕਸ ਬਿਲੀਵ ਕਰਦੀ ਹੈ, ਔਰ ਜਿੰਨਾ ਕੁ ਬਾਕੀ ਪਾਰਟੀਆਂ ਹੈਗੀਆਂ ਇੱਕ ਦੂਜੇ ਲੱਤ ਖਿੱਚ ਲਈ, ਇੱਕ ਦੂਜੇ ਨੂੰ ਭਾਸ਼ਣ ਦੇ ਦਿੱਤਾ, ਉਹਦੇ ਤਹਿਤ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਉਹ ਗੱਲਾਂ ਹੋਣੀਆਂ ਨਹੀਂ। ਸੋ ਇਸ ਕਰਕੇ ਮੈਨੂੰ ਪੂਰਨ ਬਹੁਮਤ ਨਾਲ ਬੀਜੇਪੀ ਦੀ ਸਰਕਾਰ ਬਣਦੀ 2022 'ਚ ਨਜ਼ਰ ਆਉਂਦੀ ਹੈ। ਕੀ ਦਾਅਵਾ ਕਰਦੇ ਹੋ, ਕਿੰਨੀਆਂ ਕੁ ਜਿਹੜੀਆਂ ਸੀਟਾਂ 'ਤੇ ਜਿਹੜੀ ਇਹੀ ਸਰਕਾਰ ਬਣ ਸਕਦੀ ਤੁਹਾਡੀ? ਦੇਖੋ, ਦਾਅਵਾ ਤਾਂ ਹੁਣ ਜਿਹੜਾ ਹੈਗਾ ਆ, ਪਿਛਲੀ ਵਾਰ ਆਮ ਆਦਮੀ ਪਾਰਟੀ 100 ਸੀਟਾਂ ਦਾ ਕਰਦੀ ਸੀ, ਨਿਕਲੀਆਂ 20। ਸੋ ਇਸ ਕਰਕੇ ਅਸੀਂ ਦਾਅਵਿਆਂ 'ਤੇ ਯਕੀਨ ਨਹੀਂ ਰੱਖਦੇ, ਅਸੀਂ ਕਰਨ ਵਿੱਚ ਯਕੀਨ ਰੱਖਦੇ ਹੈਗੇ ਹਾਂ। ਮੈਨੂੰ ਪੂਰਨ ਉਮੀਦ ਹੈ ਜੀ, ਜਿਸ ਤਰ੍ਹਾਂ ਦੇ ਕੈਂਡੀਡੇਟ ਦੀ ਲਿਸਟ ਆ ਰਹੀ ਹੈ, ਜਿਸ ਤਰ੍ਹਾਂ ਦਾ ਲੋਕਾਂ ਦਾ ਚਾਅ, ਔਰ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਜਿੰਨਾ ਕੁ ਸਾਡੇ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਜਿਹੜੀ ਹੈ ਉਹਦੀ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਹੈ, ਅਸੀਂ ਜਿਹੜਾ ਹੈ ਪੂਰਨ ਬਹੁਮਤ ਦੇ ਨਾਲ ਬੀਜੇਪੀ ਦੀ ਸਰਕਾਰ ਬਣਾਵਾਂਗੇ।